ਪਟਿਆਲਾ ਪੁਲਿਸ ਨੇ ਜਾਲੀ ਕਰੰਸੀ ਤਿਆਰ ਕਰਨ ਵਾਲੇ ਇੱਕ ਗਰੋਹ ਨੂੰ ਬੇਪਤ ਕੀਤਾ ਹੈ। ਇਹ ਖੁਲਾਸਾ ਕਰਦਿਆਂ ਜ਼ਿਲ੍ਹੇ ਦੇ ਸੀਨੀਅਰ ਕਪਤਾਨ ਪੁਲਿਸ ਸ੍ਰੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ 'ਚ 6 ਜਾਣਿਆਂ ਨੂੰ ਕਾਬੂ ਕੀਤਾ ਹੈ। ਉਹਨਾਂ ਕੋਲੋਂ 5,47,400 ਰੁਪਏ ਦੇ ਜਾਲੀ ਨੋਟ ਅਤੇ ਨੋਟ ਤਿਆਰ ਕਰਨ ਵਾਲਾ ਸਾਜੋ ਸਮਾਨ ਵੀ ਬਰਾਮਦ ਕੀਤਾ ਗਿਆ। ਐਸਐਸਪੀ ਨੇ ਦੱਸਿਆ ਕਿ ਇਸ ਗਰੋਹ 'ਚ ਸਤਨਾਮ ਸਿੰਘ, ਰਿੰਕੂ, ਗੁਰਦੀਪ ਸਿੰਘ, ਤਰਸੇਮ, ਗੁਰਜੀਤ ਸਿੰਘ, ਯਸ਼ਪਾਲ, ਅਮਿਤ ਕੁਮਾਰ ਅਤੇ ਇਸ਼ਾਕ ਸ਼ਾਮਲ ਨੇ। ਇਹਨਾਂ ਵਿਰੁੱਧ ਥਾਣਾ ਸਦਰ ਵਿਖੇ ਵੱਖ ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ। ਐਸਐਸਪੀ ਨੇ ਦੱਸਿਆ ਕਿ ਪੁਲਿਸ ਨੂੰ 3 ਨਵੰਬਰ ਨੂੰ ਸੂਚਨਾ ਮਿਲੀ ਸੀ ਕਿ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਪ੍ਰੋਫੈਸਰ ਐਨਕਲੇਵ ਵਿਖੇ ਜਾਲੀ ਕਰੰਸੀ ਤਿਆਰ ਕੀਤੀ ਜਾਂਦੀ ਹੈ, ਜਿਸ ਨੂੰ ਅਸਲ ਕਰੰਸੀ ਦੱਸ ਕੇ ਭੋਲੇ ਭਾਲੇ ਲੋਕਾਂ ਨਾਲ ਧੋਖਾਦੇਹੀ ਕਰਕੇ ਬਾਜ਼ਾਰ ਵਿੱਚ ਚਲਾਇਆ ਜਾਂਦਾ ਹੈ। ਇਹ ਭੋਲੇ ਭਾਲੇ ਲੋਕਾਂ ਨੂੰ ਲਾਲਚ ਵਿੱਚ ਫਸਾ ਕੇ ਉਹਨਾਂ ਨੂੰ ਜਾਲੀ ਕਰੰਸੀ ਵੇਚਣ ਦੀ ਫਰਾਕ ਵਿੱਚ ਰਹਿੰਦੇ ਨੇ। ਸ੍ਰੀ ਦੁੱਗਲ ਨੇ ਦੱਸਿਆ ਕਿ ਸੂਚਨਾ ਦੇ ਆਧਾਰ ਤੇ ਐਸਪੀ ਸਿਟੀ ਸ੍ਰੀ ਵਰੁਣ ਸ਼ਰਮਾ ਦੀ ਨਿਗਰਾਨੀ ਹੇਠ ਇੰਚਾਰਜ ਪੀਓ ਸਟਾਫ ਤੇ ਪੁਲਿਸ ਪਾਰਟੀ ਨੇ ਫੌਰੀ ਕਾਰਵਾਈ ਕੀਤੀ। ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਆਪਣਾ 2000 ਰੁਪਏ ਦਾ ਨੰਬਰੀ ਨੋਟ ਸਹਾਇਕ ਥਾਣੇਦਾਰ ਨਰਿੰਦਰ ਸਿੰਘ ਨੂੰ ਆਮ ਕੱਪੜੇ ਪਵਾ ਕੇ ਡੰਮੀ ਗ੍ਰਾਹਕ ਬਣਾ ਕੇ ਉਕਤ ਠਿਕਾਣੇ ਤੇ ਭੇਜਿਆ। ਉਕਤ ਦੋਸ਼ੀ ਗੁਰਦੀਪ ਸਿੰਘ ਨੇ ਨੰਬਰੀ ਨੋਟ ਅਸਲ ਕਰੰਸੀ 200 ਰੁਪਏ ਲੈ ਕੇ 4,000 ਰੁਪਏ ਦੇ ਜਾਲੀ ਕਰੰਸੀ ਨੋਟ ਸਹਾਇਕ ਥਾਣੇਦਾਰ ਨਰਿੰਦਰ ਸਿੰਘ ਨੂੰ ਦੇ ਦਿੱਤੇ। ਇਸ ਮਗਰੋਂ ਪੁਲਿਸ ਨੇ ਉਕਤ ਮਕਾਨ ਤੇ ਤੁਰੰਤ ਛਾਪੇਮਾਰੀ ਕੀਤੀ, ਜਿੱਥੇ ਗੁਰਦੀਪ ਸਿੰਘ ਕੰਪਿਊਟਰ ਤੇ ਜਾਲੀ ਕਰੰਸੀ ਛਾਪ ਕੇ ਪ੍ਰਿੰਟਰ ਰਾਹੀਂ ਕੱਢ ਕੇ ਗੁਰਜੀਤ ਸਿੰਘ ਜਿੱਤੀ ਨੂੰ ਫੜਾ ਰਿਹਾ ਸੀ। ਸਤਨਾਮ ਸਿੰਘ, ਰਿੰਕੂ ਕੱਟਣ ਨਾਲ ਨੋਟਾਂ ਦੀ ਕਟਿੰਗ ਕਰ ਰਿਹਾ ਸੀ। ਯਸ਼ਪਾਲ, ਅਮਿਤ ਕੁਮਾਰ, ਅਮਨ ਤੇ ਇਸ਼ਾਕ ਪੂਰਾ ਲੋਬੀ ਵਿੱਚ ਬੈਠੇ ਜਾਲੀ ਕਰੰਸੀ ਦੇ ਨੋਟਾਂ ਦੀ ਗਿਣਤੀ ਕਰ ਰਹੇ ਸੀ। ਇਹਨਾਂ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ, ਜਦਕਿ ਇਹਨਾਂ ਦਾ ਇੱਕ ਸਾਥੀ ਤਰਸੇਮ ਲਾਲ ਮੌਕਾ ਪਾ ਕੇ ਪਿਛਲੇ ਦਰਵਾਜ਼ੇ ਤੋਂ ਫਰਾਰ ਹੋ ਗਿਆ, ਜਿਸ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਐਸਐਸਪੀ ਪਟਿਆਲਾ ਸ਼੍ਰੀ ਵਿਕਰਮਜੀਤ ਦੁੱਗਲ ਆਈਪੀਐਸ ਜੀ ਵੱਲੋਂ ਪੈੜੇ ਅਤੇ ਮਾੜੇ ਅਨਸਰਾਂ ਦੇ ਵਿਰੁੱਧ ਛੇੜੀ ਗਈ ਸਪੈਸ਼ਲ ਮੁਹਿੰਮ ਦੌਰਾਨ ਪਟਿਆਲਾ ਪੁਲਿਸ ਨੂੰ ਉਸ ਸਮੇਂ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਪਟਿਆਲਾ ਪੁਲਿਸ ਨੇ ਜਾਲੀ ਕਰੰਸੀ ਬਣਾਉਣ ਵਾਲਾ ਇੱਕ ਗਰੋਹ ਕਾਬੂ ਕੀਤਾ ਹੈ। ਇਹ ਗਰੋਹ ਕਾਬੂ ਕਰਕੇ ਇਸ ਪਾਸੋਂ 5,47,400 ਰੁਪਏ ਦੇ ਜਾਲੀ ਕਰੰਸੀ ਨੋਟ, ਇੱਕ ਕੰਪਿਊਟਰ ਅਤੇ ਪ੍ਰਿੰਟਰ ਅਤੇ ਹੋਰ ਸਾਜੋ ਸਮਾਨ ਬਰਾਮਦ ਕਰਾਇਆ ਗਿਆ ਹੈ। ਸੂਚਨਾ ਮਿਲਦੇ ਹੀ ਐਸਐਸਪੀ ਸਾਹਿਬ ਦੇ ਹੁਕਮਾਂ ਅਨੁਸਾਰ ਏਐਸਆਈ ਗੁਰਦੀਪ ਸਿੰਘ, ਏਐਸਆਈ ਪਵਨ ਕੁਮਾਰ ਅਤੇ ਨਾਰਕੋਟਿਕ ਸੈੱਲ ਦੀ ਟੀਮ ਨੇ ਫੌਰੀ ਕਾਰਵਾਈ ਕਰਦੇ ਹੋਏ ਮੌਕੇ 'ਤੇ ਪਹੁੰਚ ਕੇ ਏਐਸਆਈ ਨਰਿੰਦਰ ਸਿੰਘ ਨੂੰ ਸਿਵਲ ਪਾਰਚਾਤ ਦੇ ਵਿੱਚ ਇੱਕ ਡੰਮੀ ਕਸਟਮਰ ਬਣਾ ਕੇ ਮਕਾਨ ਨੰਬਰ 1 ਪ੍ਰੋਫੈਸਰ ਐਨਕਲੇਵ ਜਿੱਥੇ ਇਹ ਛਪਾਈ ਦਾ ਕੰਮ ਚੱਲ ਰਿਹਾ ਸੀ ਉੱਥੇ ਭੇਜਿਆ। ਏਐਸਆਈ ਨਰਿੰਦਰ ਸਿੰਘ ਨੇ ਜਾ ਕੇ ਉਹ ਨੰਬਰੀ ਨੋਟ ਗੁਰਦੀਪ ਸਿੰਘ ਨੂੰ ਦਿੱਤਾ ਅਤੇ ਗੁਰਦੀਪ ਸਿੰਘ ਨੇ ਉਸ ਦੇ ਬਦਲੇ 4,000 ਦੇ ਜਾਲੀ ਨੋਟ ਵਾਪਸ ਉਸਨੂੰ ਦੇ ਦਿੱਤੇ। 4,000 ਨੋਟ ਦੇ ਬਰਾਮਦ ਹੋਣ 'ਤੇ ਤੁਰੰਤ ਕਾਰਵਾਈ ਕਰਕੇ ਮੌਕੇ 'ਤੇ ਰੇਡ ਕੀਤਾ ਗਿਆ, ਜਿੱਥੇ ਮੌਕੇ 'ਤੇ ਛਪਾਈ ਦਾ ਕੰਮ ਕਰ ਰਹੇ ਇਸ਼ਾਕ, ਜਸਪਾਲ, ਅਮਿਤ, ਗੁਰਦੀਪ, ਰਿੰਕੂ, ਏਲੀਅਸ ਸਤਨਾਮ, ਗੁਰਜੀਤ ਅਤੇ ਤਰਸੇਮ ਲਾਲ ਜੋ ਉੱਥੇ ਮੌਕੇ 'ਤੇ ਛਪਾਈ ਦਾ ਕੰਮ ਕਰ ਰਹੇ ਸਨ ਉਹਨਾਂ ਨੂੰ ਗ੍ਰਿਫਤਾਰ ਕੀਤਾ। ਦੋਸ਼ੀ ਤਰਸੇਮ ਲਾਲ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਹੈ, ਜਿਸ 'ਤੇ ਗ੍ਰਿਫਤਾਰੀ ਲਈ ਵੱਖ ਵੱਖ ਪਾਰਟੀਆਂ ਬਣਾ ਕੇ ਉਸ ਨੂੰ ਗ੍ਰਿਫਤਾਰ ਕਰਨ ਲਈ ਭੇਜੀਆਂ ਗਈਆਂ ਹਨ, ਜਿਸ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਦੋਸ਼ੀਆਂ ਨੂੰ ਮੌਕੇ 'ਤੇ ਸਾਜੋ ਸਮਾਨ ਸਹਿਤ ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਦੇ ਖਿਲਾਫ਼ ਮੁਕੱਦਮਾ ਨੰਬਰ 220 ਮਿਤੀ 3/11/20 ਅੰਡਰ ਸੈਕਸ਼ਨ 489 ABCD 420 IPC ਦੇ ਤਹਿਤ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ ਥਾਣਾ ਸਦਰ ਪਟਿਆਲਾ ਵਿਖੇ, ਅਤੇ ਅੱਜ ਮਾਣਯੋਗ ਅਦਾਲਤ ਵਿੱਚ ਇਹਨਾਂ ਨੂੰ ਪੇਸ਼ ਅਦਾਲਤ ਕੀਤਾ ਗਿਆ, ਜਿੱਥੇ ਦੋਸ਼ੀਆਂ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਤਫਤੀਸ਼ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਦੋਸ਼ੀ ਸਤਨਾਮ ਸਿੰਘ, ਰਿੰਕੂ ਅਤੇ ਗੁਰਦੀਪ ਸਿੰਘ ਇਹਨਾਂ ਦੇ ਖਿਲਾਫ਼ ਪਹਿਲਾਂ ਵੀ ਥਾਣਾ ਘੱਗਾ ਵਿਖੇ 2019 ਦੇ ਵਿੱਚ ਜਾਲੀ ਕਰੰਸੀ ਬਣਾਉਣ ਸੰਬੰਧੀ ਮੁਕੱਦਮਾ ਦਰਜ ਹੋਇਆ ਸੀਗਾ, ਅਤੇ ਜੋ ਦੋਸ਼ੀ ਤਰਸੇਮ ਲਾਲ ਹੈ ਇਸ ਦੇ ਖਿਲਾਫ਼ ਫਰੋਡ ਕਰਨ ਸੰਬੰਧੀ ਪਹਿਲਾਂ ਵੀ ਮੁਕੱਦਮਾ ਦਰਜ ਥਾਣਾ ਸਿਵਲ ਲਾਈਨ ਵਿਖੇ ਹੋਇਆ ਸੀ। ਜੋ ਇਹ ਤਿੰਨੇ ਦੋਸ਼ੀ ਸੈਂਟਰਲ ਜੇਲ੍ਹ ਪਟਿਆਲਾ ਵਿਖੇ ਬੰਦ ਸਨ, ਉੱਥੇ ਹੀ ਇਹਨਾਂ ਦੀ ਆਪਸ ਦੇ ਵਿੱਚ ਮੁਲਾਕਾਤ ਹੋਈ ਅਤੇ ਉੱਥੇ ਇਹਨਾਂ ਨੇ ਇਸ ਜਾਲੀ ਕਰੰਸੀ ਬਣਾਉਣ ਦਾ ਜਿਹੜਾ ਕੌਂਸਪਰੇਸੀ ਹੈਚ ਕੀਤੀ, ਅਤੇ ਅਪ੍ਰੈਲ ਮਹੀਨੇ ਦੇ ਵਿੱਚ ਇਹਨਾਂ ਦੀਆਂ ਜ਼ਮਾਨਤਾਂ ਹੋਣ ਤੋਂ ਬਾਅਦ, ਲੋਕਡਾਊਨ ਖੁੱਲ੍ਹਣ ਤੋਂ ਬਾਅਦ
ਪਿਛਲੇ ਕਰੀਬ 2 ਮਹੀਨਿਆਂ ਤੋਂ ਇਹਨਾਂ ਨੇ ਕੰਪਿਊਟਰ ਅਤੇ ਜਿਹੜਾ ਪ੍ਰਿੰਟਰ ਅਤੇ ਹੋਰ ਸਾਜੋ ਸਮਾਨ ਦਾ ਬੰਦੋਬਸਤ ਕਰਕੇ ਜਿਹੜੀ ਪ੍ਰੋਫੈਸਰ ਇਨਕਲੇਵ ਮਕਾਨ ਨੰਬਰ 1 ਜੋ ਯੂਨੀਵਰਸਿਟੀ ਦੇ ਪਟਿਆਲਾ ਪੰਜਾਬੀ ਯੂਨੀਵਰਸਿਟੀ ਦੇ ਨੇੜੇ ਹੈ ਉੱਥੇ ਇਹ ਕੰਮ ਸ਼ੁਰੂ ਕਰ ਦਿੱਤਾ। ਜੋ ਇਸ ਕੰਮ ਦੇ ਵਿੱਚ ਜਿਹੜੇ ਇਹਨਾਂ ਦੇ ਸਪਲਾਇਰ ਸਨ ਉਹ ਇਸ਼ਾਕ ਜਸਪਾਲ ਅਤੇ ਅਮਿਤ ਇਹ ਸਪਲਾਈ ਕਰਦੇ ਸੀ ਨੋਟਾਂ ਦੀ ਅਤੇ ਜਦੋਂ ਇਤਲਾਹ ਮਿਲੀ ਇਹ ਸਾਰੇ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਹਨਾਂ ਦੇ ਖਿਲਾਫ਼ ਜਿਹੜੇ ਕਾਰਵਾਈ ਕਰਦੇ ਹੋਏ ਤਫਤੀਸ਼ ਦੌਰਾਨ ਜਿਹੜਾ ਇਹ ਪਾਇਆ ਗਿਆ ਕਿ ਜਿਹੜਾ ਸਤਨਾਮ ਸਿੰਘ ਰਿੰਕੂ ਹੈ ਇਸ ਦੇ ਖਿਲਾਫ਼ ਵੀ 5 ਮੁਕੱਦਮੇ ਐਕਸਾਈਜ਼ ਐਕਟ ਦੇ ਥਾਣਾ ਕੋਤਵਾਲੀ ਵਿਖੇ ਵੀ ਦਰਜ ਹਨ। ਦੋਸ਼ੀਆਂ ਦਾ ਕ੍ਰਿਮੀਨਲ ਬੈਕਗ੍ਰਾਊਂਡ ਹੈ ਜਿਸ ਸੰਬੰਧੀ ਹੋਰ ਵੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਿਹੜਾ ਦੋਸ਼ੀਆਂ ਪਾਸੋਂ ਇਹ ਬਰਾਮਦਗੀ ਹੋਈ ਹੈ ਇਸ ਦੇ ਸੰਬੰਧੀ ਇਹਨਾਂ ਦੇ ਹੋਰ ਕੀ ਇਹਨਾਂ ਨੇ ਕੀਤਾ ਹੈ ਅਤੇ ਕਿੱਥੇ ਕਿੱਥੇ ਇਹਨਾਂ ਨੇ ਸਪਲਾਈ ਕੀਤੀ ਹੈ ਇਸ ਸੰਬੰਧੀ ਰਿਮਾਂਡ ਦੇ ਵਿੱਚ ਸਾਰੀ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਜੋ ਮੁਕੱਦਮੇ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਥੈਂਕ ਯੂ। ਚੜ੍ਹਦੀ ਕਲਾ ਟਾਈਮ ਟੀਵੀ ਲਈ ਪਟਿਆਲਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ। ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ।